ਬੜਾ ਵਧੀਆ ਮਾਹੌਲ ਹੈ, ਬੜਾ ਗਰਮ ਜੋਸ਼ੀ ਨਾਲ ਸਵਾਗਤ ਹੋ ਰਿਹਾ। ਇਹ ਜਿਹੜਾ ਹੰਗਾਰਾ ਨਾ, ਅੱਜ ਤੋਂ 20 ਸਾਲ ਪਹਿਲਾਂ ਵੀ ਮਿਲਿਆ ਸੀ ਜਦੋਂ ਮੇਰੇ ਬਾਪੂ ਸਵਰਗੀ ਜੋਰਾ ਸਿੰਘ ਮਾਨ ਇੱਥੋਂ ਲੜੇ ਸੀ ਇਲੈਕਸ਼ਨ, ਔਰ ਅੱਜ ਉਹਨਾਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਨਾ, ਉਹਨਾਂ ਨੂੰ ਦਿਲ 'ਚ ਵਸਾਈ ਬੈਠਾ, ਉਹਨਾਂ ਨੂੰ ਯਾਦ ਕਰਕੇ ਦੁਬਾਰਾ ਫਿਰ ਸਰਦਾਰ ਜੋਰਾ ਸਿੰਘ ਮਾਨ ਵਰਕਰਾਂ ਨੇ ਜ਼ਿੰਦਾ ਕਰਤਾ ਹਲਕੇ ਦੇ ਵਿੱਚ। 2.5 ਸਾਲ ਸੱਤਾਧਾਰੀ ਜਿਹੜੀ ਪਾਰਟੀ ਸਰਕਾਰ ਚੱਲਦੀ ਰਹੀ, ਤੁਸੀਂ ਇਹਨਾਂ ਦੇ ਕੰਮ ਕਾਜਾਂ ਨੂੰ ਕਿਵੇਂ ਦੇਖਦੇ ਹੋ? ਕੰਮ ਕੀਤੇ ਕੋਈ ਨਹੀਂ, ਦੱਸੋ ਕਿਹੜਾ ਕੰਮ ਕੀਤਾ? ਮੇਰੇ ਸਾਹਮਣੇ ਤਾਂ ਕੋਈ ਕੰਮ ਹੈ ਨਹੀਂ ਗਾ। ਯੂਥ ਦੀ ਸੋਚ ਬਦਲੀ ਹੈ ਜੀ, ਪਹਿਲਾਂ ਯੂਥ ਨੇ ਇਹਨਾਂ ਨੂੰ ਬਹੁਤ ਸੀਟਾਂ ਦਵਾਈਆਂ ਸੀਗੀਆਂ, ਹੁਣ ਲੱਗਦਾ ਬਦਲੀ ਹੈ? ਜਿੰਨਾ ਯੂਥ ਇੱਥੇ ਆਇਆ ਤੁਸੀਂ ਦੇਖੋ, ਯੂਥ ਦਾ ਹੰਗਾਰਾ ਬਹੁਤ ਵਧੀਆ। ਵੇਖੋ ਚਲੋ ਇੱਕ ਵਾਰੀ ਝਾਂਸੇ 'ਚ ਆ ਗਏ ਇਹਨਾਂ ਦੇ, ਬੜੇ ਝੂਠ ਤੂਫਾਨ ਬੋਲੇ ਇਹਨਾਂ ਨੇ, ਲਾਰੇ ਵੀ ਲਾਏ ਵੀ ਨੌਕਰੀਆਂ ਦੇਵਾਂਗੇ, ਬੜਾ ਕੁਛ ਕਿਹਾ ਸੀਗਾ। ਉਨੀ ਨੌਕਰੀ ਨਹੀਂ ਮਿਲੀ ਪੰਜਾਬ ਦੇ ਵਿੱਚ ਜਿੰਨਾ ਨੌਕਰੀ ਦੀ ਐਡ 'ਤੇ ਪੈਸਾ ਲੱਗ ਗਿਆ। ਲੋਕਾਂ ਨੇ ਜੇ ਤੁਹਾਨੂੰ ਮੌਕਾ ਦਿੱਤਾ ਤਾਂ ਪਹਿਲ ਦੇ ਆਧਾਰ 'ਤੇ ਇਸ ਹਲਕੇ ਵਾਸਤੇ ਕੀ ਕਰੋਗੇ? ਕੰਮ ਹੋਏ ਵੀ ਬੜੇ ਨੇ ਔਰ ਕੀਤੇ ਵੀ ਸ਼੍ਰੋਮਣੀ ਅਕਾਲੀ ਦਲ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਹੈ, ਔਰ ਪੈਂਡਿੰਗ ਵੀ ਬੜੇ ਪਏ ਹੈ ਜਿਹੜੇ ਅਧੂਰੇ ਪਏ ਕੰਮ ਹੈ, ਚਾਹੇ ਉਹ ਡਿਵੈਲਪਮੈਂਟ ਦੇ ਹੈ, ਚਾਹੇ ਉਹ ਬਾਰਡਰ ਖੁਲਾਉਣ ਵਾਲੀ ਸਮੱਸਿਆ ਹੈ, ਚਾਹੇ ਕੋਈ ਰੇਲਵੇ ਦੀ ਹੈ, ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ। ਔਰ ਸਭ ਤੋਂ ਵੱਡਾ ਮਸਲਾ ਇੱਥੇ ਜ਼ਮੀਨਾਂ ਬਾਲ ਸਾਹਿਬ ਨੇ ਪੱਕੀਆਂ ਕੀਤੀਆਂ ਸੀ, ਕੁਛ ਰਹਿ ਗਈਆਂ ਕੱਚੀਆਂ ਔਰ ਕੁਛ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੂੰ ਤੋੜ ਦਿੱਤਾ ਗਿਆ। ਉਹਨਾਂ ਨੂੰ ਆਉਂਦਿਆਂ ਸਾਰ ਜਿੱਦਾਂ ਸਰਦਾਰ ਸੁਖਬੀਰ ਸਿੰਘ ਬਾਦਲ 27 ਦੇ ਵਿੱਚ ਮੁੱਖ ਮੰਤਰੀ ਬਣਨਗੇ, ਬਹਿੰਦਿਆਂ ਸਾਰ ਅਸੀਂ ਬੇਨਤੀ ਕਰਾਂਗੇ ਜਾ ਕੇ ਉਹਨਾਂ ਨੂੰ ਨਾਲ ਆਪਦੇ ਜਿਹੜੇ 9 ਵਿਧਾਇਕ ਹੋਣਗੇ ਇੱਥੋਂ ਦੇ ਹਲਕਾ ਇੰਚਾਰਜ ਆ ਜਿਹੜੇ, ਇਹਨਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਜ਼ਮੀਨਾਂ ਪੱਕੀਆਂ ਕਰਾਉਣ ਵਾਲਾ ਮੁੱਦਾ ਸੀ ਵਿਧਾਨ ਸਭਾ ਦੇ ਵਿੱਚ ਰੱਖਾਂਗੇ ਅਤੇ ਇਹਨਾਂ ਨੂੰ ਪੱਕੀਆਂ ਵੀ ਕਰਾ ਕੇ ਦੇਵਾਂਗੇ, ਵਾਅਦਾ ਕਰਕੇ। ਸਰ, ਕਾਂਗਰਸ ਪਾਰਟੀ ਕੋਲ ਉਮੀਦਵਾਰ ਨਹੀਂ ਨਜ਼ਰ ਆ ਰਹੇ, ਬੀਜੇਪੀ ਵਾਅਦੇ ਬੜੇ ਕਰਦੀ ਪਈ ਹੈ, ਗਰੰਟੀਆਂ ਦੇ ਰਹੀ ਹੈ, ਉਹ ਗਰੰਟੀਆਂ ਨੂੰ ਕਿਵੇਂ ਮਤਲਬ ਕਿ ਚੈਲੇਂਜ ਹੋਏਗਾ? ਗਰੰਟੀ ਵੀ ਕਿਹੜਾ, ਪੰਜਾਬ ਦਾ, ਪੰਜਾਬ ਸਟੇਟ ਆ ਨਾ, ਇਹ ਕਿਸਾਨੀ 'ਤੇ ਨਿਰਭਰ ਹੈ। ਜੇ ਕਿਸਾਨੀ ਹੈਗੀ ਹੈ ਤਾਂ ਦੁਕਾਨਦਾਰ ਵੀ ਖੁਸ਼ਹਾਲ ਹੈ, ਜੇ ਕਿਸਾਨੀ ਹੈ ਨਹੀਂ ਤਾਂ ਦੁਕਾਨਦਾਰ ਉਸ ਤੋਂ ਪਹਿਲਾਂ ਮਰ ਜਾਂਦਾ, ਗਰੀਬ ਵੀ ਪਹਿਲਾਂ ਉਸ ਤੋਂ ਪਹਿਲਾਂ ਖਤਮ ਹੋ ਜਾਂਦਾ, ਸਾਰਾ ਦਾਰੋਮਦਾਰੀ ਦੁਕਾਨਦਾਰੀ 'ਤੇ ਹੈ। ਅਤੇ ਗਰੰਟੀਆਂ ਮੈਨੂੰ ਤਾਂ ਲੱਗਦੀਆਂ ਨਹੀਂ, ਕੋਈ ਕਿਸਾਨੀ ਨੂੰ ਦੱਸੋ ਕਿਹੜੀ ਗਰੰਟੀ ਦਿੱਤੀ ਉਹਨਾਂ ਨੇ? ਕੋਈ ਵੀ ਗਰੰਟੀ ਨਹੀਂ ਦਿੱਤੀ। MSP ਦੀ ਮੰਗੀ ਸੀਗੀ, ਸੈਂਕੜੇ ਕਿਸਾਨ ਸ਼ਹੀਦ ਹੋ ਗਿਆ ਬਾਰਡਰਾਂ ਦੇ ਉੱਤੇ, ਉਹਨਾਂ ਦਾ ਕੋਈ ਪੁੱਛ ਗਿੱਛ ਨਹੀਂ, ਕੋਈ ਮੁੱਲ ਨਹੀਂ ਪਾਇਆਗਾ, ਪਰਚੇ ਦਰਜ ਆ ਕਿਸਾਨਾਂ ਦੇ ਉੱਤੇ, ਉਹਨਾਂ ਦਾ ਕੋਈ ਹੱਲ ਨਹੀਂ ਗਾ। ਬਾਲ ਸਾਹਿਬ ਨੇ ਰੱਖੀਆਂ ਸੀਗੀਆਂ, ਇਹਨਾਂ ਨੇ ਸ਼ਰਤ ਰੱਖੀ ਸੀ ਸਮਝੌਤੇ ਦੀ, ਬਾਲ ਸਾਹਿਬ ਦੇ ਮੈਨੂੰ ਸੀਟਾਂ ਨਾਲ ਕੋਈ ਲੈਣ ਦੇਣ ਨਹੀਂ ਗਾ ਵੱਧ ਘੱਟ ਨਾਲ, ਪਰ ਸਭ ਤੋਂ ਪਹਿਲਾਂ ਮੇਰੇ ਪੰਜਾਬੀ, ਮੈਂ ਪੰਜਾਬ ਦਾ, ਖੇਤਰੀ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ, ਪੰਜਾਬ ਬਾਰੇ ਸੋਚਣਾ, ਭਾਈਚਾਰਕ ਸਾਂਝ ਬਾਰੇ ਸੋਚਣਾ। ਸਭ ਤੋਂ ਪਹਿਲਾਂ ਸਾਡਾ ਦੂਜੀਆਂ ਜਿਹੜੀਆਂ ਪਾਰਟੀਆਂ, ਚਾਹੇ BJP, ਚਾਹੇ ਕਾਂਗਰਸ, ਚਾਹੇ ਆਮ ਆਦਮੀ, ਉਹਨਾਂ ਨੇ ਸਾਰਾ ਆਲ ਇੰਡੀਆ ਦਾ ਦੇਖਣਾ। ਔਰ ਮੈਂ ਤੁਹਾਨੂੰ ਦੱਸਦਿਆਂ ਤੁਹਾਡੇ ਮਾਧਿਅਮ ਰਾਹੀਂ, ਪੰਜਾਬੀਆਂ ਨੂੰ ਸੰਦੀਪ ਪਾਠਕ ਜੀ ਹੈ ਆਮ ਆਦਮੀ ਵਾਲੇ, ਉਹ ਗੱਲਾਂ ਰਾਜਾ ਸਭਰ ਮੈਂਬਰ ਬਣੇ ਆ ਉਹ ਪੰਜਾਬ ਤੋਂ, ਔਰ ਗੱਲ ਕਰਦੇ ਆ ਹਰਿਆਣੇ ਦੇ ਪਾਣੀ ਦੀ, ਮੰਗ ਰਹੇ ਨਾ ਪਾਣੀ, ਮੈਂ ਕਹਿੰਦਾ ਅਸੀਂ ਪੰਜਾਬ ਦਾ ਹੀ ਸੋਚਣਾ ਅਕਾਲੀਆਂ ਨੇ, ਉਹ ਪਾਣੀ ਮੰਗ ਰਹੇ ਹਰਿਆਣੇ ਦੇ ਵਿੱਚ, ਹਰਿਆਣੇ ਵਾਸਤੇ। ਜੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਤਰ੍ਹਾਂ ਵੀ ਕੁਰਬਾਨੀ ਦੇਣੀ ਪਈ ਪਾਣੀ ਦੀ, ਅਸੀਂ ਇੱਕ ਹਰਿਆਣੇ ਨੂੰ ਇੱਕ ਬੂੰਦ ਵੀ ਨਹੀਂ ਦਿੰਦੇ ਗੇ, ਨਾ ਅਸੀਂ ਜਾਣ ਦੇਣੀਆਂ, ਜੋ ਕੁਰਬਾਨੀਆਂ ਦੇਣੀਆਂ ਪਈਆਂ, ਚਾਹੇ ਸ਼ਹੀਦੀਆਂ ਦੇਣੀਆਂ ਪਈਆਂ, ਸ਼੍ਰੋਮਣੀ ਅਕਾਲੀ ਦਲ ਅੱਗੇ ਵੀ ਕੁਰਬਾਨੀਆਂ ਦਿੰਦਾ ਆ, ਹਰੇਕ ਕੁਰਬਾਨੀ ਦੇਣ ਲਈ ਅਸੀਂ ਤਿਆਰ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।